ਕੋਸ਼ਿਸ਼ ਕਰਦੇ ਆ ਕਿ ਉਸ ਤੇ ਅਮਲ ਕਰਨ ਤੇ ਉਹਨਾਂ ਦੇ ਮਸਾਇਲ ਜਿਹੜੇ ਲੋਕਾਂ ਤੇ ਹੁਣ ਸੀ ਮਕੈਨਿਕ ਭਰਾ ਵੀ ਇੱਥੇ ਇਕੱਠੇ ਹੋਏ ਹੋਏ ਤੇ ਤੁਹਾਡੇ ਕਿੰਨੇ ਅਸੀਂ ਸਮਝਦੇ ਹਾਂ ਕਿ ਜਿਸ ਬੰਦੇ ਨੇ ਟਰੈਕਟਰ ਲੈਣਾ ਨਾ ਉਹ ਮਾਰਕੀਟਿੰਗ ਵਾਲਿਆਂ 'ਤੇ ਇਤਬਾਰ ਨਹੀਂ ਕਰਦਾ ਉਹ ਮਕੈਨਿਕ 'ਤੇ ਇਤਬਾਰ ਕਰਦਾ ਮਕੈਨਿਕ ਜਿਸ ਟਰੈਕਟਰ ਨੂੰ ਕਹਿ ਦਿੰਦਾ ਕਿ ਹਾਂ ਇਹ ਲੈ ਲੈ ਕੋਈ ਮਸਲਾ ਨਹੀਂ ਉਹ ਬੰਦਾ ਅੱਖਾਂ ਬੰਦ ਕਰਕੇ ਮਾਰਕੀਟਿੰਗ ਵਾਲਿਆਂ ਨੂੰ ਉਹ ਸਮਝਦੇ ਨੇ ਇਹਨਾਂ ਨੇ ਤਾਂ ਚੀਜ਼ ਵੇਚਣੀ ਹੈ ਇਹ ਸਾਨੂੰ ਸਹੀ ਗਾਇਕ ਨਹੀਂ ਕਰਨਗੇ ਇਹਨਾਂ ਨੇ ਆਪਣੀ ਚੀਜ਼ ਜਿਹੜੀ ਵੇਚਣੀ ਹੈ ਉਹਦੀ ਤਾਰੀਫ ਹੀ ਇਹਨਾਂ ਨੇ ਕਰਨੀ ਅਤੇ ਮਕੈਨਿਕਾਂ ਭਰਾਵਾਂ ਨੂੰ ਇਹੀ ਦਰਖਾਸਤ ਹੈ ਕਿ ਆਪਣੇ ਜਿਹੜੇ ਤੁਹਾਡੇ ਤਾਲੁਕ ਵਾਸਤੇ ਵਾਲੇ ਨੇ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਜਿਸ ਤਰ੍ਹਾਂ ਮਲਿਕ ਸਾਹਿਬ ਨੇ ਸਾਰਾ ਬਰੀਫ ਕੀਤਾ ਉਸ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰੋ ਤਾਂ ਕਿ ਇਹ ਕੰਪਨੀ ਤਾਂ ਤੁਹਾਡੇ ਕੋਲ ਪੈਸੇ ਲੈ ਲੈਂਦੀ ਇਹ ਚੀਜ਼ ਤੁਹਾਨੂੰ ਦੇ ਦੇ ਠੀਕ ਹੈ ਕੰਪਨੀ ਨੇ ਤਾਂ ਪੈਸੇ ਐਡਵਾਂਸ ਲੈ ਲਏ ਲੇਕਿਨ ਚੀਜ਼ ਉਹ ਤੁਹਾਡੀ ਹੈ ਤੁਸੀਂ ਉਹ ਚੀਜ਼ ਐਸੀ ਚੀਜ਼ ਨਹੀਂ ਜਿਹੜੀ ਕਿ 500,000 ਵਾਲੀ ਹੋਵੇ ਕਿ ਯਾਰ ਸਹੀ ਨਹੀਂ ਨਿਕਲੀ ਚਲੋ ਸੁੱਟ ਦਿਓ ਇਹ ਤਾਂ ਤੁਸੀਂ ਲੋਕ ਜਿਹੜੇ ਉਹ ਆਪਣੀ ਇੱਕ ਵੱਡੀ ਕਮਾਈ ਦਾ ਹਿੱਸਾ ਜਿਹੜਾ ਉਹ ਜਮ੍ਹਾਂ ਕਰਕੇ ਤਿਆਰ ਚੀਜ਼ ਲੈਂਦੇ ਹੋ ਅਤੇ ਇਹਦੇ ਤੋਂ ਕੰਮ ਲੈ ਕੇ ਮਜ਼ੀਦ ਤੁਸੀਂ ਕਮਾਈ ਵਾਸਤੇ ਖਰੀਦਦੇ ਠੀਕ ਹੈ ਅਤੇ ਇਸ ਲਈ ਉਹਨਾਂ ਨੂੰ ਅੱਛਾ ਮਸ਼ਵਰਾ ਦਿਓ ਕਿ ਉਹਨਾਂ ਦੀ ਮਸ਼ੀਨ ਅੱਛੀ ਚੱਲੇਗੀ ਅਤੇ ਉਹ ਤੁਹਾਡਾ ਤਾਲੁਕ ਵਾਸਤਾ ਵੀ ਉਹਨਾਂ ਦਾ ਬਿਹਤਰ ਹੋਏਗਾ ਠੀਕ ਹੈ ਅਤੇ ਕਸਟਮਰ ਵੀ ਸੈਟਿਸਫਾਈਡ ਹੋਏਗਾ ਕੋਸ਼ਿਸ਼ ਕਰੋ ਕਿ ਜਿਹੜੀਆਂ ਚੀਜ਼ਾਂ ਮਲਿਕ ਸਾਹਿਬ ਨੇ ਦੱਸੀਆਂ ਨੇ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਦੱਸਣਗੇ ਅਤੇ ਉਹਨਾਂ 'ਤੇ ਅਮਲ ਕਰਾਓ ਅਤੇ ਇਨਸ਼ਾਅੱਲਾ ਜਿਹੜੀ ਉਹਨਾਂ ਦੀ ਮਸ਼ੀਨ ਵੀ ਅੱਛੀ ਚੱਲੇਗੀ ਇਹ ਪ੍ਰੋਗਰਾਮ ਦਾ ਮਕਸਦ ਵੀ ਇਹੋ ਹੀ ਹੈ ਕਿ ਅਸੀਂ ਥੋੜ੍ਹਾ ਜਿਹਾ ਜਿਹੜੇ ਮਸਲੇ ਮਸਾਇਲ ਆਉਂਦੇ ਨੇ ਉਹ ਲੋਕਾਂ ਦੀ ਕਨਫਿਊਜ਼ਨ ਹੁੰਦੀ ਹੈ ਉਹਨਾਂ ਨੂੰ ਗੱਲਬਾਤ ਦਾ ਨਹੀਂ ਪਤਾ ਹੁੰਦਾ ਅਤੇ ਕੋਸ਼ਿਸ਼ ਕਾਵੇ ਸਾਡੀ ਇਹੋ ਹੀ ਹੈ ਕਿ ਅਸੀਂ ਆਪ ਜਿਹੜੇ ਤੁਹਾਡੇ ਨਾਲ ਮਿਲੀਏ ਜੁਲੀਏ ਅਤੇ ਜਿਹੜੀ ਕੋਈ ਤੁਹਾਡੀ ਫੀਡਬੈਕ ਉਹ ਸਾਨੂੰ ਮਿਲੇ ਅਤੇ ਜਿਹੜੀ ਕੋਈ ਸਾਡੀ ਗੱਲ ਹੈ ਤੁਹਾਨੂੰ ਦੱਸੀਏ ਤੁਹਾਡੀ ਵਸਾਤਤ ਨਾਲ ਤੁਹਾਡੇ ਜਿਹੜੇ ਸਾਰੇ ਲੋਕ ਇੱਥੇ ਨਹੀਂ ਪਹੁੰਚ ਸਕਦੇ ਜਿਹੜੇ ਤੁਹਾਡੇ ਤੱਕ ਪਹੁੰਚਦੇ ਨੇ ਜਿਹੜੇ ਤੁਹਾਨੂੰ ਮਿਲਦੇ ਨੇ ਉਹਨਾਂ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਹੋਏਗੀ ਕਿਸੇ ਦਾ ਭਲਾ ਹੋਏਗਾ ਅੱਛੀ ਗੱਲ ਦੱਸਣ ਨਾਲ ਉਹਦਾ ਵੀ ਫਾਇਦਾ ਹੋਏਗਾ ਤੁਹਾਡਾ ਉਹਦੇ ਨਾਲ ਤਾਲੁਕ ਵੀ ਬਿਹਤਰ ਹੋਏਗਾ ਇਨ ਸ਼ਾਅੱਲਾ ਅਤੇ ਬਾਕੀ ਮਲਿਕ ਸਾਹਿਬ ਇੱਥੇ ਹੈਨ ਸਾਨੂੰ ਬੜੀ ਸਪੋਰਟ ਕਰਦੇ ਨੇ ਇਲਾਕੇ ਦੇ ਵਿੱਚ ਟੈਕਨੀਕਲੀ ਵੀ ਸਪੋਰਟ ਕਰਦੇ ਨੇ ਬਾਕੀ ਟਰੈਕਟਰ ਦੇ ਹਵਾਲੇ ਨਾਲ ਵੀ ਇਹਨਾਂ ਕੋਲ ਸਾਰੀਆਂ ਚੀਜ਼ਾਂ ਵੀ ਮੌਜੂਦ ਨੇ ਪਾਰਟਸ ਵੀ ਮੌਜੂਦ ਨੇ ਟਰੈਕਟਰ ਵੀ ਮੌਜੂਦ ਨੇ ਅਤੇ ਆਪਣੇ ਇਲਾਕਾ ਹੀ ਡੀਲਰ ਨਾਲ ਰਾਬਤੇ ਹੀ ਰੱਖੋ ਆਪਣੇ ਦੋਸਤਾਂ ਯਾਰਾਂ ਨੂੰ ਵੀ ਗਾਈਡ ਕਰੋ ਕਿ ਲਾਹੌਰ ਜਾਣਾ ਅਤੇ ਉਹਨਾਂ ਨੇ ਤਾਂ ਟਰੈਕਟਰ ਵੇਚ ਦੇਣਾ ਅਤੇ ਤੁਹਾਨੂੰ ਕੋਈ ਬਰੀਫ ਨਹੀਂ ਕਰਨਾ ਮਲਿਕ ਸਾਹਿਬ ਕੋਲ ਜਾਓਗੇ ਤੁਹਾਨੂੰ ਟਰੈਕਟਰ ਦੇਣਗੇ ਕਿਸੇ ਅਤੇ ਬਰੀਫ ਕਰਨਗੇ ਜਿਹੜੀਆਂ ਸਾਰੀਆਂ ਗੱਲਾਂ ਇੱਥੇ ਹੋ ਰਹੀਆਂ ਨੇ ਉੱਥੇ ਵੀ ਬਰੀਫ ਕਰਕੇ ਤੁਹਾਨੂੰ ਮਿਲ ਜਾਣਗੇ ਕਿ ਤੁਹਾਡੀ ਮਸ਼ੀਨ ਕਿਸ ਤਰ੍ਹਾਂ ਬਿਹਤਰ ਕਰ ਸਕਦੀ ਅਤੇ ਬਸ ਮੈਂ ਇਤਨੀ ਤੁਹਾਡੇ ਨਾਲ ਅਰਜ਼ ਕਰਨੀ ਸੀ ਬਹੁਤ ਸ਼ੁਕਰੀਆ ਮੈਂ ਨਿਸ਼ਾਨ ਸਾਹਿਬ ਨੂੰ ਕਹਾਂਗਾ ਕਿ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਤੁਹਾਡੀਆਂ ਬਹੁਤ ਇਹ ਤੁਹਾਨੂੰ